ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਪਵਿੱਤਰ ਬਾਣੀ ਦੇ ਬਚਨ ਜਿਹੜੇ ਨੇ
ਸੱਜਣ ਸਾਨੂੰ ਇੱਕ ਬੜੀ ਸਿਹਤ ਬਖਸ਼ਿਸ਼ ਕਰਦੇ ਨੇ, ਕਹਿੰਦੇ ਇੱਕ ਸੱਜਣ ਸਭ ਸੱਜਣ, ਕਹਿੰਦੇ ਇੱਕ ਅਕਾਲ ਤੋਂ ਵਾਹਿਗੁਰੂ ਨੂੰ ਆਪਣਾ ਮਿੱਤਰ ਸੱਜਣ ਬਣਾਉਣ ਦੀ ਕੋਸ਼ਿਸ਼ ਕਰ, ਫਿਰ ਤੇਰੇ ਸਭ ਸੱਜਣ ਹੋਣਗੇ, ਤੇਰੀ ਮਾਂ ਵੀ ਸੱਜਣ ਹੋਵੇਗੀ, ਤੇਰਾ ਪਿਤਾ ਵੀ ਸੱਜਣ ਹੋਵੇਗਾ, ਤੇਰਾ ਭੈਣ ਵੀ ਸੱਜਣ ਹੋਵੇਗੀ, ਤੇਰਾ ਭਰਾ ਵੀ ਸੱਜਣ ਹੋਵੇਗਾ, ਤੇਰਾ ਆਂਢ ਗੁਆਂਢ ਜੋ ਤੈਨੂੰ ਤੈਨੂੰ ਦ੍ਰਿਸ਼ਟੀ ਪਵੇਗਾ, ਤੇਰਾ ਸਭ ਸੱਜਣ ਹੋਵੇਗਾ, ਇੱਕ ਸੱਜਣ ਸਭ ਸੱਜਣ। ਕਹਿੰਦੇ ਇੱਕ ਵੈਰੀ ਸਭ ਬਾਹਰ, ਜੇ ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਾਲ ਵੈਰ ਹੋ ਗਿਆ, ਉਹਦੇ ਨਾਲ ਤੇਰੀ ਅਣਬਣ ਹੋ ਗਈ, ਤੇ ਸਾਰੇ ਪਾਸੇ ਤੇਰੇ ਝਗੜੇ ਖੜੇ ਹੋ ਗਏ, ਭਾਵੇਂ ਮਾਤਾ ਹੋਵੇ ਤੇ ਭਾਵੇਂ ਪਿਤਾ ਹੋਵੇ, ਤੁਸੀਂ ਦੇਖ ਲਈਓ ਸਾਰੇ ਪਾਸੇ ਝਗੜੇ ਲੋਕਾਂ ਵਿੱਚ, ਭੈਣਾਂ ਭੈਣਾਂ ਦੇ ਝਗੜੇ ਨੇ, ਭਰਾਵਾਂ ਭਰਾਵਾਂ ਦੇ ਝਗੜੇ ਨੇ, ਸੰਸਾਰ ਦੇ ਅੰਦਰ ਇੱਕ ਸਿੱਖਾਂ ਨੂੰ ਨਜ਼ਰੀ ਪੈਂਦਾ। ਇਸ ਕਰਕੇ ਕ੍ਰਿਸ਼ਨਵਾਜ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ, ਕਹਿੰਦੇ ਨੇ ਜਦੋਂ ਉਸ ਇੱਕ ਨੂੰ ਅਕਾਲ ਪੁਰਖ ਵਾਹਿਗੁਰੂ ਆਪਣਾ ਜਾਣ ਕੇ ਆਪਣਾ ਮਿੱਤਰ ਸਮਝ ਕੇ ਆਪਣਾ ਜੀਵਨ ਬਤੀਤ ਕਰੇਗਾ ਤਾਂ ਜੀਵਨ ਦੀ ਸਫਲਤਾ ਪ੍ਰਾਪਤ ਹੋ ਜਾਵੇਗੀ। ਵਾਹਿਗੁਰੂ।